मेरी से जड़िए अडंबर बनिया मन आनंद पया रब आगम सुने आनंद पया आनंद पया आनंद पया आनंद पया आनंद पया बट भागे हो आनंद पया 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 पूरन सुख सहजदारा कवन रसना कौन पड़ा रे प्रगटे प्रभ आए जियो अनद भया अनद भया अनद भया बड़ भागी हो आनंद पया बड़ भागी हो ग्रे प्रगटे प्रभ आए जियो आनंद पया
गह कंठ नाए हाँ तिस बिना नहीं जाए जियो गह आपे मेराए आपे मिलाए गह कंठ लाए तिस बिना नहीं जाए जियो रे प्रगटे प्रभ आए जियो आनंद भया आनंद भया आनंद भया आनंद भया जाए नानक सदा करते पल जाए नानक सदा करते सब में रहे समाए जियो जाए नानक सदा करते सब में रहिया समाए जियो रे प्रगटे प्रभ आए जियो आनंद भया आनंद भया भागियो अनद भया वड भागी हो रे प्रगटे प्रभ आए जियो अनद भया अनद भया अनद भया अनद भया आनंद पया 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 सम्मान योग गुरु की साजी निवास जी साध संगत जी हो बहुत ही वड्या भागा वाले हो गुरु की गोद विच बैठ के हर जस श्रवण करके अपने जीवन दियां घड़ियां नू सफलियां कर रहे हो अज महान बहुत पवित्र दिन है जगत गुरु बाबा आप नारायण कला धार जग मैं परवरे हो उन्हां दे 550 साल दिन आगमन पुरब असी मिल के मना रहे हैं। भाई गुरदास जी फुरमान करते ने कुरबानी तिना गुरसिखा भाए भगत गुरपुरब करन दे कहिंदे कुरबान जाने उन्हां तों बरहार जाने जेडे प्यार नाल प्रेमा भगती नाल श्रद्धा नाल गुरु दे पुरब गुरु दे दिन मनाउंदे ने असी बहुत वड्डे भागा वाले हाँ सानू ऐसा गुरु मिलिया जिन्हां ने सानू भुले भटकियां नू सीधे रस्ते पाया फुरमान है जी भुले मार्ग जिन्हें बताया ऐसा गुर वडभागी पाया बहुत वड्डे भागा नाल ऐसे गुरु मिलते हैं।
ਧੰਨ ਗੁਰੂ ਨਾਨਕ ਸਾਹਿਬ ਜਿੱਥੇ ਸਾਰੇ ਸੰਸਾਰ ਨੂੰ ਉਪਦੇਸ਼ ਦਿੰਦੇ ਦਿੰਦੇ ਜਿਸ ਵੇਲੇ ਜੋਗੀਆਂ ਦੇ ਕੋਲ ਗਏ, ਸਿੱਧਾਂ ਦੇ ਕੋਲ ਗਏ ਅਤੇ ਸਿੱਧ ਬੜੇ ਹੈਰਾਨ ਹੋਏ ਕਿ ਇਤਨੀ ਛੋਟੀ ਉਮਰਾਂ ਦੇ ਵਿੱਚ ਇਤਨੀ ਇਸੇ ਜਗ੍ਹਾ 'ਤੇ ਪਹੁੰਚ ਗਏ ਨੇ ਜਿੱਥੇ ਕੋਈ ਜਾ ਨਹੀਂ ਸਕਦਾ। ਅਸੀਂ ਪਤਾ ਨਹੀਂ ਕਿਹੜੇ ਕਿਹੜੇ ਰਿੱਧੀਆਂ ਸਿੱਧੀਆਂ ਕੀਤੀਆਂ, ਕਿਹੜੇ ਕਿਹੜੇ ਮੰਤਰਾਂ ਦਾ ਜਾਪ ਕੀਤਾ, ਇਹ ਸਾਡੇ ਬਰਾਬਰ 'ਤੇ ਆ ਕੇ ਪਹੁੰਚ ਗਏ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਅੰਤ ਸਵਾਲ ਕੀਤੇ ਉਹਨਾਂ ਨੇ, ਜਿਨ੍ਹਾਂ ਵਿੱਚੋਂ ਇੱਕ ਸਵਾਲ ਕੀਤਾ ਕਿ ਤੇਰਾ ਕੌਣ ਗੁਰੂ, ਕਿਸ ਕਾ ਤੂੰ ਚੇਲਾ। ਅਤੇ ਗੁਰੂ ਨਾਨਕ ਸਾਹਿਬ ਉਹਨਾਂ ਨੇ ਫੁਰਮਾਨ ਕੀਤਾ, ਕਹਿੰਦੇ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਦੁਨੀਆਂ 'ਤੇ ਕੋਈ ਵੀ ਮਹਾਨ ਇਨਸਾਨ ਹੁੰਦਾ ਹੈ ਅਤੇ ਲੋਕਾਂ ਦਾ ਦਿਲ ਕਰਦਾ ਹੈ ਇਸ ਨੂੰ ਪੁੱਛੀਏ ਕਿ ਇੰਨਾ ਮਹਾਨ ਹੈ, ਇਹਦਾ ਗੁਰੂ ਕਿਤਨਾ ਕੁ ਮਹਾਨ ਹੋਣਾ ਹੈ। ਅਤੇ ਪੁੱਛਿਆ ਜਾਂਦਾ ਹੈ ਵੀ ਤੇਰਾ ਉਸਤਾਦ ਕੌਣ ਹੈ, ਤੇਰਾ ਗੁਰੂ ਕੌਣ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਨੇ ਵੀ ਪੁੱਛਿਆ ਪਰ ਤੇਰਾ ਗੁਰੂ ਕੌਣ ਹੈ। ਅਤੇ ਮਹਾਰਾਜ ਨੇ ਆਖਿਆ ਮੇਰਾ ਗੁਰੂ ਸ਼ਬਦ ਹੈ, ਭਾਵ ਪਰਮਾਤਮਾ ਹੀ ਮੇਰਾ ਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਾਲ ਨਹੀਂ ਜੋੜਿਆ, ਬਲਕਿ ਜਿਹਦੇ ਨਾਲ ਆਪ ਜੁੜੇ ਨੇ ਉਹਨਾਂ ਨਾਲ ਜੋੜਿਆ, ਭਾਵ ਪਰਮਾਤਮਾ ਨਾਲ ਹੀ ਜੋੜਿਆ। ਅਕਾਲ ਪੁਰਖ ਨੇ ਸਾਨੂੰ ਭਰਮਾਂ ਭੁਲੇਖਿਆਂ ਵਿੱਚੋਂ ਕੱਢ ਕੇ ਨਾਮ ਦੇ ਨਾਲ ਜੋੜਿਆ। ਜਿਸ ਵੇਲੇ ਸਤਿਗੁਰੂ ਮੱਕੇ ਮਦੀਨੇ ਦੀ ਧਰਤੀ ਵਿੱਚ ਗਏ ਅਤੇ ਜਿਸ ਵੇਲੇ ਸਤਿਗੁਰੂ ਜਿੱਥੇ ਵੀ ਜਾਂਦੇ ਸਨ ਕੋਈ ਨਾ ਕੋਈ ਐਸਾ ਕੌਤਕ ਕਰਦੇ ਸਨ ਤਾਂ ਕਿ ਲੋਕਾਂ ਨੂੰ ਉਪਦੇਸ਼ ਦੇ ਸਕਣ। ਮੱਕੇ ਮਦੀਨੇ ਦੇ ਵਿੱਚ ਜਿਸ ਵੇਲੇ ਉਸ ਮੱਕੇ ਵੱਲ ਪੈਰ ਕਰਕੇ ਸੌਂ ਗਏ ਅਤੇ ਜਿਸ ਵੇਲੇ ਕਾਜੀ ਨੇ ਵੇਖਿਆ ਅਤੇ ਕਹਿੰਦੇ ਨੇ ਵੱਖੀ ਦੇ ਵਿੱਚ ਲੱਤ ਮਾਰੀ ਗੁਰੂ ਨਾਨਕ ਸਾਹਿਬ ਜੀ ਨੂੰ, ਆਖਣ ਲੱਗੇ ਤੈਨੂੰ ਪਤਾ ਨਹੀਂ ਤੂੰ ਰੱਬ ਦੇ ਘਰ ਵੱਲ ਪੈਰ ਕਰਕੇ ਸੌਂ ਗਏ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਜਿੱਧਰ ਰੱਬ ਦਾ ਘਰ ਨਹੀਂ ਮੇਰੇ ਪੈਰ ਚੁੱਕ ਕੇ ਉੱਧਰ ਕਰ ਦੇ। ਅਤੇ ਕਹਿਣ ਲੱਗੇ ਜਿਸ ਵੇਲੇ ਕਾਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਦੂਜੇ ਪਾਸੇ ਕੀਤੇ ਅਤੇ ਕੀ ਵੇਖਿਆ ਕਿ ਉਹ ਮੱਕਾ ਜਿਹਨੂੰ ਉਹ ਨਮਸਕਾਰਾਂ ਕਰਦੇ ਸਨ, ਮੱਥੇ ਟੇਕਦੇ ਸਨ, ਉਹ ਗੁਰੂ ਚਰਨਾਂ ਦੇ ਵਿੱਚ ਜਿੱਧਰ ਜਿੱਧਰ ਉਹ ਪੈਰ ਕਰਦੇ ਨੇ ਉੱਧਰ ਉੱਧਰ ਹੀ ਮੱਕਾ ਘੁੰਮੀ ਜਾਂਦਾ ਹੈ। ਇਹ ਚਮਤਕਾਰ ਜਿਸ ਵੇਲੇ ਉਹਨਾਂ ਲੋਕਾਂ ਨੇ ਵੇਖਿਆ ਹੈਰਾਨ ਹੋ ਗਏ, ਸਤਿਗੁਰਾਂ ਦੇ ਚਰਨੀ ਪੈ ਕੇ ਹੁਣ ਸਾਰੇ ਇਕੱਤਰ ਹੋ ਕੇ ਆਪਣੇ ਆਪਣੇ ਧਰਮਾਂ ਦੀਆਂ ਗੱਲ ਪੁੱਛਿਆ ਨੇ, ਪੁੱਛਦੇ ਨੇ ਕਿ ਸਾਡਾ ਧਰਮ ਵੱਡਾ ਹੈ, ਕਿਹੜੇ ਲੋਕ ਚੰਗੇ ਨੇ, ਕਿਹੜੇ ਮਾੜੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜੋ ਉਪਦੇਸ਼ ਉਹਨਾਂ ਕਾਜ਼ੀਆਂ ਨੂੰ ਦਿੱਤਾ, ਭਾਈ ਗੁਰਦਾਸ ਜੀ ਨੇ ਆਪਣੀ ਕਲਮ ਉੱਤੋਂ ਲਿਖਿਆ ਹੈ। ਆਓ ਆਪਾਂ ਮਿਲ ਕੇ ਸਾਰੇ ਗਾਇਨ ਕਰੀਏ। ਸਤਿਗੁਰੂ ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਕੀ ਫੁਰਮਾਨ ਕਰਦੇ ਨੇ, ਬਈ ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਪਿਆਰ ਨਾਲ ਸ਼ਬਦ ਸਰਵਣ ਕਰੋ ਜੀ। ਸ਼ੁਭ ਅਮਲਾਂ ਬਾਝੋਂ ਇਕੱਠੇ ਹੋਈ
ਵਚਨ ਗਾਲ ਇਮਾਨ ਦੀ ਕਾਜੀ ਮੱਲਾ ਕਿਤਾਬ ਨੋ ਹਿੰਦੂ ਵੱਡਾ ਕੇ ਮੁਸਲਮਾਨੋਈ ਪੁੱਛਣ ਫੋ ਕਿਤਾਬ ਨੋ ਹਿੰਦੂ ਵੱਡਾ ਅਮਲਾ ਬਾਜੋ ਦੋਨੋ ਰੋਏ ਬਾਬਾ ਖੇ ਹਾਜੀਆ ਬਾਬਾ ਖੇ ਹਾਜੀਆ ਹਿੰਦੂ ਮੁਸਲਮਾਨ ਦੋਏ ਹਿੰਦੂ ਮੁਸਲਮਾਨ ਦੋਏ ਦਰਗਹਿ ਲਹਿਨ ਨਾ ਟੋਈ ਲਹਿਨ ਨਾ ਟੋਈ ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲਹਿਨ ਨਾ ਟੋਈ ਮੈਂ ਅਮਲਾ ਬਾਜੋ ਕਚਾਰਾਂਗ ਸੰਬਦਾ ਪਾਣੀ ਤੋਂ ਥਿਰ ਨਾ ਰਹੋਈ ਕਚਾਰਾਂਗ ਸੰਬਦਾ
आप विच राम रहीम एक थाए खलोई। राम रहीम राम रहीम एक थाए खलोई। राम बकीली आप विच राम रहीम एक थाए रलोई। राहे शतानी दुनिया कोई बाबा के हाजिया शुभ हमला बाजा।